ਪੰਜਾਬੀ ਗਾਇਕ ਗੈਰੀ ਸੰਧੂ ਦੀ ਮਾਤਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ ਕਈ ਗਾਇਕ ਅਤੇ ਰਿਸ਼ਤੇਦਾਰਾਂ ਸਣੇ ਗੈਰੀ ਸੰਧੂ ਦੇ ਚਾਹਣ ਵਾਲੇ ਪਹੁੰਚੇ। ਇਸ ਮੌਕੇ ਗਾਇਕ KS ਮੱਖਣ ਸੁਰਿੰਦਰ ਲਾਡੀ ਨੇ ਕਿਹਾ ਕਿ ਗੈਰੀ ਸੰਧੂ ਮਾਤਾ ਦੇ ਦੇਹਾਂਤ ਤੋਂ ਬਾਅਦ ਟੁੱਟ ਗਏ ਹਨ ਅਤੇ 1 ਸਾਲ ਪਹਿਲਾਂ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਵੀ ਉੱਠ ਗਿਆ ਸੀ। ਹੁਣ ਉਹ ਇਕੱਲੇ ਹੋ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ। ਉਹਨਾਂ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਰੁੜਕਾ ਕਲਾਂ ਵਿੱਚ 27 ਤਰੀਕ ਨੂੰ ਹੈ ਅਤੇ ਨਾਲ ਹੀ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ ਜਾਏਗੀ। ਜਲੰਧਰ ਤੋਂ ਰਵੀ ਗਿੱਲ ਅਤੇ ਸੁਸ਼ੀਲ ਹੰਸ ਦੀ ਰਿਪੋਰਟ। ਗੁਰੂ ਜੀ ਕੀ ਫਤਿਹ। ਮੇਰੇ ਛੋਟੇ ਵੀਰ ਗੈਰੀ ਸੰਧੂ, ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਪ੍ਰਸਿੱਧੀ ਮਿਲੀ, ਅੱਜ ਸਾਡੇ ਛੋਟੇ ਵੀਰ ਗੈਰੀ ਸੰਧੂ ਦੇ ਮਾਤਾ ਜੀ ਸਰਦਾਰਨੀ ਅਵਤਾਰ ਕੌਰ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ, ਉਹਨਾਂ ਦੇ ਜਾਣ ਦਾ ਜਿਹੜਾ ਦੁੱਖ ਆ ਗੈਰੀ ਨੂੰ ਤਾਂ ਹੈ ਹੀ ਹੈ, ਉਹਨਾਂ ਦੇ ਸਾਰੇ ਪਰਿਵਾਰ ਨੂੰ ਅਤੇ ਉਹਦੇ ਸਾਰੇ ਸੱਜਣ ਮਿੱਤਰ ਗੈਰੀ ਦੇ ਰਿਸ਼ਤੇਦਾਰ ਸਾਰਿਆਂ ਨੂੰ ਬਹੁਤ ਵੱਡਾ ਇਹ ਦੁੱਖ ਆ, ਕਿਉਂਕਿ ਇਸ ਮੌਕੇ 'ਤੇ ਜ਼ਿਆਦਾ ਬੋਲਣ ਲਈ ਤਾਂ ਕੁਛ ਹੈ ਨਹੀਂ ਗਾ। ਮੈਂ ਆਪਣੇ ਵੱਲੋਂ ਆਪਣੀ ਮਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਅਤੇ ਬਸ ਇਹੀ ਆ ਕਿ ਮੈਂ ਸਾਰੇ ਜਿਹੜੇ ਵੀਰ ਨਹੀਂ ਵੀ ਆ ਸਕੇ, 27 ਤਰੀਕ ਦਿਨ ਸ਼ੁੱਕਰਵਾਰ ਇਸ ਮਹੀਨੇ ਹੀ ਇਹਨਾਂ ਦੀ ਜਿਹੜੀ ਅੰਤਿਮ ਅਰਦਾਸ ਹੈਗੀ ਆ ਰੁੜਕਾ ਕਲਾਂ ਵਿਖੇ, ਮੈਂ ਸਾਰੇ ਆਪਣੇ ਜਿੰਨੇ ਵੀ ਇੰਡਸਟਰੀ ਦੇ ਮੇਰੇ ਵੀਰ ਆ, ਸਮੂਹ ਇੰਡਸਟਰੀ ਦੇ ਜਿੰਨੇ ਵੀ ਪੰਜਾਬੀ ਅਤੇ ਹੋਰ ਵੀ ਜਿਹੜੇ ਜਿੱਥੇ ਤੱਕ ਵੀ ਸੁਨੇਹਾ ਪਾਉਂਦਾ, ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਮੇਰੇ ਛੋਟੇ ਵੀਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਸ਼ਰੀਕ ਹੋਣ ਅਤੇ ਉਹਨੂੰ ਹੌਸਲਾ ਦੇਣ, ਕਿਉਂਕਿ ਉਹਨਾਂ ਪਿਛਲੇ ਸਾਲ ਉਹਨਾਂ ਦੇ ਪਿਤਾ ਜੀ ਵੀ ਚੜ੍ਹਾਈ ਕਰ ਗਏ ਸੀ ਅਤੇ ਆਹ ਬੜਾ ਇਹ ਬੜੀ ਔਖੀ ਗੱਲ ਹੈ ਮਾਪਿਆਂ ਤੋਂ ਬਿਨਾਂ ਜਿਹੜਾ ਰਹਿਣਾ। ਗੈਰੀ ਨਾਲ ਗੱਲ ਹੁੰਦੀ ਸੀ, ਬੜਾ ਮਨ ਦੁਖਿਆ, ਕਹਿੰਦਾ ਵੀ ਚਾਅ ਹੁੰਦਾ ਸੀ ਵੀ ਜਾ ਕੇ ਮਾਂ ਨੂੰ ਮਿਲਣਾ, ਅਤੇ ਉਹ ਹੁਣ ਨਹੀਂ ਹੈਗੇ ਅਤੇ ਬੜੇ ਹੀ ਤੁਸੀਂ ਸਮਝਦੇ ਸਾਰੇ ਅੰਡਰਸਟੈਂਡ ਕਰਦੇ। ਸੋ ਇਸ ਮੌਕੇ 'ਤੇ ਹੋਰ ਜ਼ਿਆਦਾ ਕੁਛ ਬੋਲਣ ਲਈ ਮੈਂ ਇੱਕ ਵਾਰ ਫਿਰ ਬੇਨਤੀ ਕਰੂੰਗਾ ਮੇਰੇ ਵੱਲੋਂ ਗੈਰੀ ਸੰਧੂ ਵੱਲੋਂ ਸਾਰਿਆਂ ਨੂੰ 27 ਤਰੀਕ ਨੂੰ ਤੁਸੀਂ ਜ਼ਰੂਰ ਆਉਣਾ ਜੀ। ਅੰਤਮ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁੱਖ ਦੀ ਖਬਰ ਹੈ ਸਾਡਾ ਵੀਰ ਗੈਰੀ ਸੰਧੂ, ਸਾਡੇ ਮਾਤਾ ਜੀ ਅਵਤਾਰ ਕੌਰ ਜਿਹੜੇ ਅਚਾਨਕ ਹੀ ਕਾਲ ਕਰਾਉਣਾ ਕਰ ਰਹੇ ਹਾਂ, ਅਸੀਂ ਅੱਜ ਪਹੁੰਚੇ ਹਾਂ ਇੱਥੇ ਸਾਰੇ ਉਹਨਾਂ ਦੇ ਵਿਸਕਾਰ 'ਤੇ। ਅਤੇ ਮੈਂ ਇਹੀ ਚਾਹੂੰਗਾ ਕਿ ਸਾਡਾ ਸਾਰਿਆਂ ਦਾ ਗੈਰੀ ਦੇ ਨਾਲ ਸਾਰੇ ਖੜ੍ਹੇ ਹਨ, ਕਿਉਂਕਿ ਜਿਹੜਾ ਇੱਕ ਮਾਂ ਦਾ ਵਿਛੋੜਾ ਨਾ ਸਭ ਤੋਂ ਔਖਾ, ਕਿਉਂਕਿ ਜਿਹੜੀ ਮਾਂ ਹੈ ਨਾ ਉਹ ਬੱਚਾ ਭਾਵੇਂ ਗਲਤ ਵੀ ਹੋਵੇ ਜੋ ਮਰਜ਼ੀ ਹੋਵੇ, ਮਾਂ ਜਿਹੜੀ ਆ ਆਪਣੇ ਬੱਚੇ ਨੂੰ ਕਦੀ ਗਲਤ ਨਹੀਂ ਕਹਿੰਦੀ। ਅਤੇ ਇਹ ਤੁਸੀਂ ਜਾਣਦੇ ਹੋ ਕਿ ਮਾਂ ਦਾ ਦੁੱਖ ਕਿੰਨਾ ਹੈ, ਇਸ ਵੇਲੇ ਮੈਨੂੰ ਪਤਾ ਵੀ ਗੈਰੀ ਬਹੁਤ ਪਰੇਸ਼ਾਨ ਆ। ਅਸੀਂ ਇਹੀ ਅਰਦਾਸ ਕਰਦੇ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਸ ਇੰਨਾ ਕੁਛ ਕਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਤਾ ਹੀ ਹੈ ਕਿ ਮੇਰੇ ਉਸਤਾਦ ਜੀ ਭਾਈ ਗੈਰੀ ਸੰਧੂ ਜੀ, ਉਹਨਾਂ ਦੇ ਮਾਤਾ ਜੀ, ਮੇਰੇ ਮਾਂ ਇਸ ਦੁਨੀਆਂ ਤੋਂ ਚਲੇ ਗਏ ਆ। ਬਸ ਮੈਂ ਇਹੀ ਕਹਿਣਾ ਚਾਹੁੰਦਾ, ਜ਼ਿਆਦਾ ਕੁਛ ਬੋਲਿਆ ਨਹੀਂ ਜਾ ਰਿਹਾ ਮੇਰੇ ਤੋਂ, ਕਿ ਕਿਸ ਦੀ ਮਾਂ ਮਜ਼ਦੂਰ ਹੋ ਗਈ ਅਤੇ ਦੁੱਖ ਨਹੀਂ ਦੇਖੇ ਜਾਂਦੇ।
ਕੁਛ ਨਹੀਂ ਗੱਲ ਆ, ਸਾਰੇ ਹੀ ਆਉਂਦੇ ਹਾਂ। ਹੋਰ ਗੱਲ ਜਿੰਨੇ ਵੀ ਸਾਡੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਭਰਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, 27 ਤਰੀਕ ਨੂੰ ਸਾਡੀ ਮਾਤਾ ਜੀ ਅਵਤਾਰ ਕੌਰ ਜੀ ਦਾ ਹੋ ਗਿਆ, ਪੁੰਚਨ ਦੀ ਕਿਰਪਾਲਤਾ ਕਰੋ ਔਰ ਆਪਣੇ ਮਾਂ ਪਿਓ ਦੀ ਸੇਵਾ ਕਰੋ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਿਆ ਗੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।